मान के चलो आज मैं सारा घर तैयार जे यह घर जमा सारा को देने मान के चलो जमा टायर बदली जानी दोवां कमरियां दे सेंटर च कमरा हैगा दो बाथरूम बना दिया एक उधर बन गया किधर बन गया इहदे ड्रेसिंग बन गया नाल वाल हैंग शीट लग गया इत्थे ग्लास खड़ा हो जाना इह पूरा एक जेड क्वालिटी दा काम होना बाथरूम दे विच कल्ले 2 लाख रुपया लाउण लगे सिर्फ एक शौक तौर एक मूर्ति रखनी लिया के सेंटर मूर्ति रख देने पानी इथे आउंदा जांदा इहदे सामने शीशा खड़ा होना इथे चक्कर की आ बई कई बंदे मन एको सवाल होंगे भी साडा पुराना घर ढवे भी ना क्योंकि पुराने घर के नाल जिहड़ी यादां जुड़ियां होंदियां ना ते ओह भी रह जाण कंधा झाड़ के आपता सोना लगे ए थले प्लास्टर उदड़े नी ना कोई डीपीसी पाई ना बीम पाया कंधा बहुत है बहुत सोहना काम हो हर एक चीज नु सोच के चले पिंड का काम आ बंदा बहुत वधिया बहुत नरम आ बंदा जिहदे घरे काम करी जांदे आ सारा काम पाईआं ने बहुत खुला पैसा लाया कराया जम्मू गए बाई ने साग बंदे लाने सारे तो जेड आ कहते सारी एलिवेशन बनना पीओपी डाउन होनी है जानी अज तो महीने बाद आओगे आ भी चीजा नहीं लभनी आह घर ढाई महीने तैयार करता है रखनी लिया सेंटर मूर्ति रख देने पानी इथे आउंदा जांदा इहदे सामने शीशा खड़ा होना इथे नाले तां कोठी नूं वेंटिलेशन हो गया चार स्पेरे हवा पैंदी होगी कमरियां नूं है नहीं सीगा कोई
ਲੋਬੀ ਨੂੰ ਹਵਾ ਨਹੀਂ ਪੈਂਦੀ ਸੀ, ਉਹ ਇੱਥੋਂ ਦੀ ਸਾਰੀ ਹਵਾ ਕਰਾਸਿੰਗ ਹੋ ਗਈ। ਮੈਂ ਤਾਂ ਬਾਈ ਇੱਕ ਗੱਲ ਹੋਰ ਦੇਖੀ ਆ ਵੀ ਲੋਕ ਕਰੋੜਾਂ ਕਰੋੜ ਰੁਪਈਆ ਖਰਚ ਦਿੰਦੇ ਆ ਕੋਠੀਆਂ, ਪਰ ਅੰਦਰ ਕੁਛ ਨਹੀਂ ਹੁੰਦਾ। ਪਰ ਜੇ ਤੁਸੀਂ ਆਹਾ ਕੋਠੀ ਨੂੰ ਤੁਸੀਂ ਮਹੀਨੇ ਬਾਅਦ ਵੀ ਆ ਕੇ ਦੇਖੋਗੇ ਤਾਂ ਤੁਸੀਂ ਕਹੋ ਕਿਸੇ ਵਿਆਹ ਤੋਂ ਘੱਟ। ਆਪਾਂ ਵੀ ਹੁਣ ਵੀਡੀਓ ਪਾਈ ਜਾਂਦੇ ਆ, ਅਗਲਾ ਗੁੱਸਾ ਕਰ ਦਿੰਦਾ ਸਾਡੇ ਘਰ ਦਿਖਾਈ ਜਾਂਦਾ। ਪਰ ਇਹ ਬੰਦੇ ਕਹਿੰਦੇ ਯਾਰ ਵੀ ਜੇ ਪੁਰਾਣੀਆਂ ਯਾਦਾਂ ਕਿਸੇ ਦੇ ਜੁੜੀਆਂ ਉਹਨੂੰ ਸਾਂਭ ਕੇ ਰੱਖ ਲਓ। ਚਾਰ ਕੰਮ ਚੱਲੀ ਜਾਂਦੇ ਆ, ਚਾਰਾਂ ਚੋਂ ਦੋ ਨਵੇਂ ਆ ਦੋ ਪੁਰਾਣੇ। ਅੱਛਾ ਪੁਰਾਣੇ ਕੰਮ ਨਵਿਆਂ ਨਾਲੋਂ ਸੋਹਣੇ ਬਣ ਗਏ ਕਿਉਂਕਿ ਉਹਦੇ ਨਾਲ ਯਾਦਾਂ ਜੁੜੀਆਂ ਸੀ, ਮਾਲਕਾਂ ਨੂੰ ਆਪਣੇ ਆਪ ਚੰਗੇ ਲੱਗੀ ਜਾਂਦੇ। ਨਵਾਂ ਕੰਮ ਹਜੇ ਚੰਗਾ ਲੱਗਣ ਨੂੰ ਟਾਈਮ ਲੱਗਣਾ, ਆਪਣਾ ਸਾਰਾ ਕੰਮ ਵੈਦ ਮਟੀਰੀਅਲ ਆਪਣੇ ਤੋਂ ਜੱਡੀ ਵੱਧ ਹੁੰਦਾ। ਮੈਂ ਕਈ ਬਾਈ ਦੀ ਗੱਲ ਕਰੀ ਜਾਂਦਾ ਸੀਗਾ ਵੀ ਜਿਹੜੀ ਪਿਛਲੀ ਵੀਡੀਓ ਬਾਈ ਆਪਾਂ ਸੱਦੂ ਵਾਲੀ ਕੀਤੀ ਸੀ, ਹਾਂ ਸੱਦੂ, ਉਹ ਚ ਬਾਈ ਕਹਿੰਦੇ ਤਾਰਾਂ ਵੀ ਦਿਖਾਓ, ਤਾਰਾਂ ਦਾ ਹੀ ਬ੍ਰਾਂਡ ਲਿਖਿਆ ਹੋਵੇ ਕਿਹੜੇ ਬ੍ਰਾਂਡ। ਇੱਥੇ ਵੀ ਆਪਣੀ ਜਿੰਨੀ ਵੀ ਤਾਰ ਆ ਸਾਰੀ ਏ ਤੋਂ ਜਿਹੜ ਹੈਵਲ ਦੀ ਆ। ਅੱਛਾ, ਇੱਥੇ ਚੱਕਣ ਦੀ ਲੋੜ ਨਹੀਂ, ਹੁਣ ਇਹਦੇ ਗੁੱਛੇ ਲਮਕਾਏ ਪਏ ਆ, ਵੈਦ ਮਟੀਰੀਅਲ ਠੇਕੇਦਾਰ ਦਿਖਾਉਂਦੇ ਨਹੀਂ ਕਿ ਗੁੱਛੇ। ਸਹੀ ਆ ਉਹ ਬਾਈ, ਗੁੱਛੇ ਦੇ ਮਾੜੀ ਨਿਗਾਹ ਮਾਰਾ ਨਹੀਂ, ਉਹ ਤੇ ਸਾਰੀ ਕਹਿੰਦਾ ਲਿਖੀ ਵੀ ਆ ਤੇ ਬਾਕੀ ਸਮਾਨ ਦਾ ਤੁਹਾਨੂੰ ਗੱਲਾਂ ਬਾਅਦ ਹੀ ਰਹੇਗੀ ਬਾਈ। ਤਾਰਾਂ ਵੀ ਕਹਿੰਦੇ ਵੀ ਹੈਵਲ ਦੀ ਮਸ਼ੀਨ, ਹਾਂ ਹੈਵਲ ਦੀ ਰਾਈ ਵੇ ਉਧਰਲੇ ਬਾਈ ਨਿਗਾਹ ਮਾਰਾ ਨਹੀਂ। ਨੇ ਆਸ਼ੀਰਵਾਦ ਦੇ ਪੈਪ, ਹਰ ਇੱਕ ਚੀਜ਼ ਆ ਪੈਪ ਦੀ ਜਿੰਨੀ ਫਿਟਿੰਗ ਹੋਈ ਆ ਬਾਥਰੂਮਾਂ ਦੇ ਵਿੱਚ ਕਾਇਟਿਕ ਦੀ ਹੋਈ ਵੀ ਆ ਬਿਨਾਂ ਸੋਲੂਸ਼ਨ ਤੋਂ। ਠੀਕ ਆ, ਸੋਲੂਸ਼ਨ ਨਹੀਂ ਹੁੰਦਾ, ਸਿੱਧਾ ਸਾਗਰ ਕਸਿਆ ਜਾਂਦਾ। ਅੱਛਾ, ਹੈਵੀ ਕੁਆਲਿਟੀ ਪਿੱਤਲ ਦੇ ਜੋੜ ਲੱਗਦੇ ਆ ਜੀ, ਯਾਨੀ ਕਿ ਬਾਈ ਨੇ ਨਹੀਂ ਕਹਿੰਦਾ ਮਤਲਬ ਨਵੇਂ ਕੰਮ ਤੇ, ਉਹ ਕਹਿੰਦੇ ਮੈਂ 70 ਲੱਖ ਲਾਉਣਾ। ਅੱਛਾ, ਉਤਾਰ ਇਹ ਤੇ ਸਾਰੇ ਇਹਦੇ ਨਾਲ ਇਸ ਕੋਠੀ ਦੇ ਵਿੱਚ 25-27 ਲੱਖ ਨਾਲ ਵੀ ਜਾਣਾ ਹੈ, ਪਰ ਬਾਈ ਦੇ 10 ਲੱਖ ਫਾਲਤੂ ਲਾਤਾ। ਮਾਲਕਾਂ ਨੂੰ ਵੀ ਖੁਸ਼ੀ ਆ, ਜੇ ਟਾਕੇ ਬਣਾਉਂਦੇ ਸਾਲ ਲੱਗ ਜਾਣਾ ਜੀ, ਹੁਣ 3 ਮਹੀਨੇ ਤਿਆਰ ਹੁੰਦਾ ਸਰ। ਇਹਦੀ ਕੋਈ ਮੰਨ ਕੇ ਚਲੋ ਹੁਣ ਪਹਿਲਾਂ ਵੀ ਤੁਸੀਂ ਕੋਠੀ ਪਾਈਏ ਹਿਸਾਬ ਨਾਲ, ਬਹੁਤ ਕੋਠੀਆਂ ਪਾਈਆਂ, ਇਹਦੇ ਵਿੱਚ ਕੋਈ ਸ਼ਿਕਾਇਤ ਸਕੂਲ ਬਾਈ ਆਉਂਦੀ ਹੋਈ ਸ਼ਿਕਾਇਤ, ਉਹ ਵੀ ਵਜਨ ਆਪਾਂ ਲਾਇਆ ਲੈਂਟਰ ਦਾ ਵਜਨ ਨਹੀਂ ਹੁੰਦਾ, ਟੈਲ ਵਾਲੇ ਦਾ ਵਜਨ ਹੁੰਦਾ। ਸਹੀ ਆ, ਆਪਾਂ ਵਜਨ ਲਾਇਆ ਨਾ ਕਿ ਪਾਇਆ, ਲੈਂਟਰ ਨੇ ਆਪਦਾ ਵਜਨ ਆਪੇ ਚੱਕ ਲਿਆ, ਆਪੇ ਚੱਕ ਲਿਆ, ਕੰਧਾਂ ਦੇ ਹੁੰਦੇ। ਅੱਜ ਤੋਂ ਮਹੀਨੇ ਬਾਅਦ ਤੁਸੀਂ ਵੀਡੀਓ ਬਣਾਉਣਾ ਹੋਵੇ, ਤੁਸੀਂ ਆਪ ਨੀ ਬਿਹਾਨ ਚੁਣੇ, ਵਾਲ ਪੱਟੀ ਹੋਏ ਨੇ ਚਾਰ ਸਪਰੇ, ਸਹੀ ਆ, ਤੇ ਟੈਂਸ਼ਨ ਖਤਮ। ਬਾਥਰੂਮਾਂ ਦੀ ਫਿਟਿੰਗ ਕੀਤੀ ਆ, ਇਹਦੇ ਵਿੱਚ ਕਮਰਾ ਸੀਗਾ ਸੈਂਟਰ ਦੇ ਵਿੱਚ, ਇਹ ਦੋਵਾਂ ਕਮਰਿਆਂ ਦੇ ਸੈਂਟਰ ਚ ਕਮਰਾ ਸੀਗਾ, ਠੇਕੇਦਾਰ ਸੋਚਦੇ ਨੀ ਅਸੀਂ ਬਕਸੇ ਜਿੰਨੇ ਸਾਰੀ ਟਾਟਾ ਦੀ ਸ਼ੀਟ ਦੇ ਟਾਟਾ ਦੀ ਸ਼ੀਟ ਦੀਆਂ, ਹਰ ਇੱਕ ਚੀਜ਼ ਦੀ ਇੱਕ ਕੁਆਲਿਟੀ ਹੁੰਦੀ, ਬਿਲਡ ਕੁਆਲਿਟੀ, ਬੋਰਡ ਪੱਟੂ ਲਾ ਕੇ ਆਪਣੀ ਅੱਖਾਂ ਬੰਦ ਯਾਰ, ਚੀਜ਼ ਲੱਗੀ ਆ ਨਵਾਂ ਸਮਾਨ ਲਾ ਕੇ ਜੋ ਪੈਸੇ ਬਣਦੇ ਨੇ ਬਿੱਲ ਬਣਾ ਕੇ ਦੇ ਦਿੰਦੇ ਮਾਲਕ ਨੂੰ, ਨਵੇਂ ਕੰਮ ਤੇ 100% ਖਰਚਾ ਆਉਂਦਾ, ਪੁਰਾਣੇ ਤੇ 35-35 ਦੇ ਆਸ ਪਾਸ ਖਰਚਾ ਆਉਂਦਾ, ਜੇ ਠੇਕੇਦਾਰ ਦੇ ਹਿਸਾਬ ਨਾਲ ਚੱਲ ਗਏ। ਜੇ ਹੁਣ ਪਿੰਡ ਜਾ ਕੇ ਕਹਿੰਦਾ ਯਾਰ ਤੂੰ ਟਾਇਲ ਸਸਤੀ ਲਾਈ ਜਾਂਦਾ, ਚੰਗੀ ਲਾ ਮਹਿੰਗੀ, ਟਾਇਲ ਦੀ ਕੁਆਲਿਟੀ ਕੋਈ ਨੀ ਹੁੰਦੀ, ਤੁਸੀਂ 1000 ਲਾ ਲਓ ਚਾਹੇ ਦੂਜੀ ਲਾ ਲਓ, ਜਿਹੜੀ ਮਾਲਕ ਦੇ ਮਨ ਨੂੰ ਬਹਿ ਗਈ ਟਾਇਲ ਹੋਈ ਕੁਆਲਿਟੀ, ਹੋਰ ਕੋਈ 10-10 ਸਾਲ 12-12 ਸਾਲ ਘਟੇਲਾ ਨੂੰ ਕੁਛ ਨੀ ਹੋਇਆ। ਠੀਕ ਆ, ਜਿਹੜੀ ਤਰੀਕੇ ਨਾਲ ਪੈਸਾ ਲੱਗੇ ਥੋੜੇ ਪੈਸੇ ਘਰ ਬਣ ਸਕਦੇ, ਏਸੀਆਂ ਦੀ ਫਿਟਿੰਗ ਹੋ ਗਈ, ਹਰ ਇੱਕ ਚੀਜ਼ ਜਿਹੜੀ ਕੁਆਲਿਟੀ, ਇਹਦੇ ਵਿੱਚ ਪੀਓਪੀ ਵਗੈਰਾ ਹੋਣੀ ਆ। ਠੀਕ ਆ, ਬਸ ਤੁਸੀਂ ਮਹੀਨੇ ਬਾਅਦ ਆ ਕੇ ਦੇਖਿਓ, ਤਸੱਲੀ ਹੋ ਜਾਣੀ, ਇੱਕ ਨਮੂਨਾ ਹੀ ਆ, ਉਹਦੇ ਵਿੱਚ ਜਾ ਕੇ ਨਿਗਾਹ ਮਾਰੋ ਮਾਲਟੀ ਦੇ ਵਿੱਚ। ਠੀਕ ਆ, ਉਹਦਾ ਇੱਕ ਨਮੂਨਾ ਹੀ ਆ ਜੀ, ਤੇ ਬਈ ਗੱਲਬਾਤ ਮੈਂ ਕਹਿੰਦਾ ਪੂਰੀ ਕਹਿਣਾ, ਅੱਜ ਤੱਕ ਪਾਸੇ ਨਹੀਂ ਕਹਿਣਾ ਘਰ, ਇਹ ਪੁਰਾਣੇ ਵਿੱਚ ਨਾਲ ਜੋੜਤਾ, ਪੁਰਾਣੇ ਵਿੱਚ ਪੁਰਾਣੇ ਦੀ ਮਾੜੀ ਨਿਗਾਹ ਬਰਾ ਜੀ ਸਾਹਮਣੇ ਦਿਖਾ ਦੇ, ਨਾਲ ਬਣਿਆ ਵਿਆ ਉਹ ਵਿੱਚ ਐਡ ਕਰਤਾ, ਇਹਦੇ ਵਿੱਚ ਕਮਰਾ ਛੱਡ ਕੇ ਨਾਲ ਕਰਤਾ, ਇਹ ਐਂ ਰੱਖਣਾ, ਇਹ ਐਂ ਰੱਖਣਾ, ਇਹਦੇ ਵਿੱਚ ਕੁਝ ਨਹੀਂ ਕਰਨਾ, ਕੱਲੀ ਟਾਇਲ ਬਦਲੀ ਜਾਣੀ ਸਾਰੀ। ਠੀਕ ਆ, ਇਹ ਐਂ ਰੱਖਣਾ, ਅੱਜ ਤੱਕ ਪਾਸੇ ਨਵਾਂ, ਇੱਥੇ ਸੋਫਾ ਲਾ ਕੇ ਸਾਹਮਣੇ ਇੱਥੇ ਝੂਮਰ ਲੱਗਣਾ, ਇਹ ਝੂਮਰ ਲੱਗ ਗਿਆ,
ਮੈਂ ਕਹਿੰਦਾ ਯਾਰ ਪੂਰੀ ਮਹਿਲ ਵਾਲੀ ਫੀਲਿੰਗ ਆ, ਮਹਿਲ ਵਾਲੀ ਫੀਲਿੰਗ ਆਊਗੀ 100% ਆ, ਜੋ ਸਾਹਮਣੇ ਜਗਾ ਮਾਰਾਂਗੇ ਉਧਰੋਂ ਡੁਪਲੈਕਸ ਬਣਦਾ ਉੱਪਰ ਵਾਲਾ, ਜਿਹੜਾ ਆਹ ਚੀਜ਼ ਬਣਾਈ ਇਹਦੇ ਵਿੱਚ ਕੀ ਮਲਟੀ ਆ, ਅੱਛਾ ਇਸ ਨਾਲ ਸੀਗਾ ਅਸੀਂ ਕਿਹਾ ਵੀ ਥੋੜਾ ਜਿਹਾ ਬਣਾਵਾਂਗੇ ਏਰੀਆ, ਫਿਰ ਬਾਈ ਕਹਿੰਦਾ ਯਾਰ ਥੋੜਾ ਹੋਰ ਨਾਲ ਬਣ ਜਾਵੇ ਉਧਰ ਆ ਜਿਹੜਾ ਹੈਗਾ, ਅੱਛਾ ਨਾਲ ਐਡ ਕਰਤਾ 10 ਫੁੱਟ ਹੋਰ ਤੋਂ ਏਰੀਆ ਲੰਮਾ ਹੋ ਗਿਆ, ਨਾਲੇ ਉੱਥੇ ਜਿਹੜੇ ਆਪਣੇ ਇਨਵਰਟਰ ਵਗੈਰਾ ਸਾਰੇ ਉੱਪਰ ਜਾ ਉੜਨਗੇ, ਕੋਠੀ ਇੱਕ ਜਾਂਦੇ ਹੋ ਗਈ, ਕੋਠੀ ਦਾ ਜਿਹੜਾ ਇਹਦਾ ਏਰੀਆ ਇਕੱਲੀ ਦਾ ਇਹ 2400 ਫੁੱਟ ਏਰੀਆ ਇਕੱਲਾ, 2400 ਫੁੱਟ, ਹਾਂ ਇਹਦੇ ਵਿੱਚ ਆ ਕਿਚਨ ਆ, ਕਿਚਨ ਦੇ ਵਿੱਚ ਸਾਹਮਣੇ ਆਹ ਕਾਰਡਬੋਰਡ ਵਗੈਰਾ ਬਣ ਜਾਣੇ ਆ, ਆਹ ਕਿਚਨ ਆ ਗਿਆ ਸਾਰਾ, ਕਿਚਨ ਆ ਸਾਰਾ ਸਾਰਾ ਕਿਚਨ, ਹਾਂ ਇਹਦੇ ਵਿੱਚ ਸਾਹਮਣੇ ਸੈਲਫ ਪੈ ਨਹੀਂ, ਉਧਰ ਸ਼ੈਂਕ ਵਗੈਰਾ ਜੋ ਸਾਰਾ ਕੁਝ ਉਧਰ ਜਾ ਵੜਿਆ, ਆਹ ਏਰੀਆ ਸਾਰਾ ਫ੍ਰੀ ਰਹਿਣਾ, ਮੰਨ ਕੇ ਚਲੋ ਵੀ ਇਹ ਨਹੀਂ ਗਾ ਵੀ ਆਪਾਂ ਇਹ ਇਹ ਗੱਲ ਸੋਚ ਲੈਂਦੇ ਆ ਵੀ ਜੇ ਘੱਟੋ ਘੱਟ ਵੀ 1 ਕਰੋੜ ਰੁਪਏ ਦੀ ਕੋਠੀ ਘੇੜਵਾ ਬਾਈ, ਪੈਸੇ ਬੜਾ ਬੰਦਾ ਦਿਮਾਗ, ਜਿਹੜੇ ਬੰਦੇ ਕੋਲ ਤਾਂ 4 ਰੁਪਏ ਹੈਗੇ ਮੈਂ ਕਹਿੰਦਾ ਲਾਓ, ਪਰ ਜੇ ਆਪਾਂ ਥੋੜਾ ਕਰਨਾ ਥੋੜੇ ਖਰਚੇ ਨਾਲ ਘਰ ਪੁਰਾਣਾ ਸੈੱਟ ਹੁੰਦਾ, ਪੁਰਾਣੀਆਂ ਯਾਦਾਂ ਸਾਂਭ ਕੇ ਰੱਖਣੀਆਂ, ਫਿਰ ਕੋਈ ਬੜਾ ਫਰਕ ਨਹੀਂ ਪੈਂਦਾ, ਨਹੀਂ ਬਾਈ ਅੱਜ ਜਿਹੜਾ ਬੰਦਾ ਕਹਿੰਦਾ ਯਾਰ ਵੀ ਸਾਡੇ ਕੰਧਾਂ ਹੀ ਪਾਟ ਗਈਆਂ ਬਹਿ ਗਈਆਂ, ਉਹਦਾ ਇੱਕ ਮਜਬੂਰੀ ਆ, ਜਿਹੜੇ ਕੰਧਾਂ ਨੂੰ ਇਹਨਾਂ ਨੂੰ ਅਸੀਂ ਆ ਕੇ ਦੇਖਿਆ ਕੋਈ ਕੰਧ ਨਹੀਂ ਕਦੋਂ ਪਾਟੀ ਹੋਈ ਜੀ, ਤਸੱਲੀ ਸੀ ਜੇ ਕੰਧ ਪਾਟ ਗਈ ਫਿਰ ਹੁੰਦਾ ਹੀ ਨਹੀਂ ਕੁਛ, ਹੁੰਦਾ ਹੀ ਨਹੀਂ ਕੁਛ, ਡੇਢ ਦੀ ਆਈਟਮ ਤਾਂ ਹੁੰਦਾ ਹੀ ਕੁਛ ਨਹੀਂ ਬਾਈ, ਨਵੀਂ ਕੰਧ ਤਾਂ ਹੋ ਸਕਦੀ ਜਿਹੜੀ ਅਸੀਂ ਲਾਉਂਦੇ ਬੀਮ ਵਗੈਰਾ ਪਾਉਂਦੇ ਹਾਂ, ਕਈ ਵਾਰੀ ਕੀ ਹੁੰਦਾ ਨਿਉਂ ਪੋਲੀਆਂ ਹੁੰਦਾ ਪੁਰਾਣੇ ਘਰਾਂ ਦੇ, ਇਹਦੇ ਵਿੱਚ 9-9 ਫੁੱਟ ਥੱਲੇ ਨਿਉਂ ਭਰ ਕੇ ਲਿਆਂਦੀ, ਇਹਨਾਂ ਨੂੰ ਕੱਖ ਨਹੀਂ ਹੁੰਦਾ, ਇਹਦੇ ਵਿੱਚ ਅਸੀਂ 2 ਚੀਜ਼ਾਂ ਹੋਰ ਐਡ ਕੀਤੀਆਂ ਬਾਈ, ਗੁਰੀ ਘਰਾਂਗਣਾ ਇੱਥੇ ਨਹੀਂ ਆਇਆ ਪਰ ਉਹਦੇ ਨਾਲ ਰਹਿ ਕਰਕੇ ਅਸੀਂ ਪਾਵੇ ਸਾਨੂੰ ਮਿਲੇ ਨਹੀਂ ਸੀ ਲੋਕਲ, ਠੀਕ ਹੈ, ਆਪਣੇ ਪਾਵੇ ਨੇ ਮਿਲਾ ਕੇ ਤੇ ਪੁਰਾਣਾ ਡਿਜ਼ਾਈਨ ਨਾਲ ਰੱਖਿਆ, ਅੱਛਾ ਆਹ ਪੁਰਾਣੇ ਪੁਰਾਣੇ ਡਿਜ਼ਾਈਨ ਵਿੱਚ ਪਾਇਆ, ਦਿਖਾਈ ਪਾਵੇ ਡੱਬਲ ਮੰਗਵਾਏ, ਫਿਰ ਕਿਤੇ ਜਾ ਕੇ ਪਾਏ, ਇਹ ਤਾਂ ਜਦੋਂ ਬਣ ਗਿਆ ਨਾ ਜਦੋਂ ਤਿਆਰ ਹੋ ਗਿਆ, ਮੈਂ ਕਹਿੰਦਾ ਯਾਰ ਚੀਜ਼ ਆਹ ਦੇਖੋ ਲਾਉਣ ਨੂੰ ਤਾਂ ਹੋਰ ਡਿਜ਼ਾਈਨ ਦੇ ਵੀ ਲਾ ਸਕਦੇ ਨੇ, ਐਡ ਆਪਾਂ ਚੱਲ ਸਕਦੇ ਸੀਗੇ ਪਰ ਨਕਸ਼ੇ ਦੇ ਵਿੱਚ ਨਹੀਂ, ਅਸੀਂ ਆਪਦੇ ਕੋਲ ਐਡ ਕਰਕੇ ਨਾ, ਜਿਹੜੀ ਚੀਜ਼ ਬੰਦੇ ਨੇ ਕਹਿੰਦੇ ਲਿਆ ਕੇ ਦੇਣੀ ਜਿੱਥੋਂ ਮਰਜ਼ੀ ਮਿਲ ਲਿਆ, ਹਾਂ ਆਹ ਚੀਜ਼ ਪਾਵੇ ਬਈ ਡੱਬ ਵਾਲੀ ਨਹੀਂ ਲੈ ਕੇ ਲਾਇਆ ਦੇਖ ਸਕਦੇ ਤੁਸੀਂ, ਤੇ ਜੰਨਾ ਵੀ ਆਹ ਤਾਂ ਵਾਲੇ ਬਾਹਰ ਛੱਤ ਛੁੱਤ ਪਾਈ ਆ, ਨਕਸ਼ੇ ਵਾਲੇ ਨਹੀਂ, ਅਸੀਂ ਆਪਦੀ ਮਰਜ਼ੀ ਨਾਲ ਕੰਮ ਕੀਤਾ ਵੀ ਸੋਹਣਾ ਲੱਗੇ ਬਈ, ਹਾਂ ਵੀ ਬੰਦਾ 4 ਬੰਦੇ ਜੇ ਕਹਿੰਦੇ ਰਿਸ਼ਤੇਦਾਰ ਵੀ ਆਉਣ ਕਹਿਣ ਵੀ ਕਿਹੜੇ ਠੇਕੇ ਲਾਏ ਨੇ ਪੈਸੇ ਲਾਏ ਵੀ ਕੀ ਕਰਨਾ, ਤੇ ਇਹ ਗੱਲ ਵੀ ਆਇਆ ਬਾਈ ਦੱਸਦਾ ਸੀਗਾ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਮੇਲਾ ਮੇਰੇ ਖਿਆਲ ਨਾਲ ਗੱਲ ਕਹੀ ਆ ਬਾਈ, ਬਈ ਥੋੜਾ ਮਾਰ ਨਹੀਂ ਲੱਗੇ ਜੀ ਬਾਈ ਨੇ, ਲੋਕਤਾ ਵੀ ਨਾਲ ਪੈਸੇ ਨਾ ਬਾਲੇ ਫਤਲਾ, ਹੁਣ ਸਾਹਮਣੇ ਜਿਹੜਾ ਪੀਓਪੀ ਦਾ ਨਮੂਨਾ ਹਜੇ ਤੱਕ ਨਮੂਨਾ ਹੀ ਆ, ਸਾਰੀ ਕੋਠੀ 'ਚ ਇਸ ਤਰ੍ਹਾਂ ਡਿਜ਼ਾਈਨ ਆਓ ਦਿਖਾਈ ਬਈ ਪੀਓਪੀ ਦਾ ਕੀ ਲੰਗਾ, ਤੇ ਆਹ ਬੜੀ ਘੈਂਟ ਚੀਜ਼ ਹੋਈ ਹੈ ਯਾਰ ਥੱਲੇ, ਥੱਲੇ ਆਹ ਪਹਿਲਾਂ ਫੱਟੀ ਲਾਉਣ ਲੱਗੇ ਸੀਗੇ ਸਾਰੇ, ਹਾਂ ਉਹ ਫਾਲਤੂ ਮਨੀ ਵੇਸਟ ਕਰਨ ਦਾ ਕੋਈ ਫਾਇਦਾ ਨਹੀਂ, ਜੀ ਸਾਰੇ ਵਿੱਚ ਇਹਦੇ ਥੱਲੇ ਪੱਤੀਆਂ ਉਵੇਂ ਨਾਲ ਹੀ ਬਣਾਤੀ ਇਹਦੇ, ਅੱਛਾ ਨਾਲ ਐਡ ਕਰਤੇ ਟੈਟੂ ਲੱਗਣੀ ਦੀ ਫੋਟੋ ਨਾਲ ਆਪਾਂ ਲਾਵਾਂਗੇ ਸਾਰੀ ਕੋਠੀ ਦੀ, ਤੇ ਮੈਂ ਤੁਹਾਨੂੰ ਫੋਟੋ ਵੀ ਲਾਉਂਗਾ ਵੀ ਤੁਹਾਨੂੰ ਘਰ ਦੀ ਫੋਟੋ ਜਿਹੜਾ ਬਣ ਕੇ ਤਿਆਰ ਹੋਊਗਾ ਨਾ ਜੀ, ਉਹ ਵੀ ਤੁਹਾਨੂੰ ਦਿਖਾਵਾਂਗੇ, ਹੋਰ ਕੋਠੀਆਂ ਜਿਵੇਂ ਆਪਣੇ ਸੱਦੋ ਵਾਲਾ 2 ਚੱਲਦੀਆਂ ਉਹਨਾਂ 'ਚ ਨਵੀਂ ਪੁਰਾਣੀਆਂ ਉਹਦੀਆਂ ਵੀਡੀਓ ਵੀ ਆਪਾਂ ਦੇਵਾਂਗੇ, ਤੇ ਆਪਣਾ ਚੈਨਲ ਨਾਲ ਜ਼ਰੂਰ ਫੋਲੋ ਕਰਾ ਦਿਓ, ਜ਼ਰੂਰ ਦੱਸੋ ਬੜਾ ਆਪਣਾ ਠੇਕੇਦਾਰ ਅਵਤਾਰ ਸਿੰਘ ਯੂਟਿਊਬ ਚੈਨਲ ਆ, ਉਹਦੇ ਸ਼ਾਰਟਾਂ ਦੇ ਰੂਪ 'ਚ ਤੁਹਾਨੂੰ ਕੋਠੀਆਂ ਮਿਲਦੀਆਂ ਰਹਿੰਦੀਆਂ ਜੀ, ਤੇ ਫੇਸਬੁੱਕ ਤੇ ਆਪਣਾ ਅਵਤਾਰ ਸਿੰਘ ਬੁੱਟਰ, ਇੰਸਟਾਗ੍ਰਾਮ ਤੇ ਵੀ ਇਸੇ ਤਰ੍ਹਾਂ, ਉਹ ਨਾਲ ਆਪਾਂ ਐਡ ਕਰ ਦਾਂਗੇ, ਤੇ ਉੱਥੇ ਨਵੀਆਂ ਕੁਆਲਟੀਆਂ ਰੋਜ਼ ਪੈਂਦੀਆਂ, ਉਹਨੂੰ ਜਾ ਕੇ ਕਰੀ ਚੈੱਕ ਕਰ ਨਵੀਂ ਚੀਜ਼ ਕਿਹੜੀ ਆ ਤੇ ਪੁਰਾਣੀ ਚੀਜ਼ ਕਿਹੜੀ ਆ, ਨਵੀਂ ਚੀਜ਼ ਬਾਈ ਨੂੰ ਕਿਹੜਾ ਫੋਨ ਭਾਵੇਂ ਫੋਨ ਕਰ ਲਿਓ, ਫੋਨ ਨੰਬਰ ਵੀ ਵਜਦਾ ਦਿੱਤਾ ਹੋਇਆ, ਤੇ ਮੈਂ ਕਹਿੰਦਾ 4-5 ਡਿਜ਼ਾਈਨ ਤਾਂ ਬਾਈ ਨੇ ਤੁਹਾਨੂੰ ਫੋਨ ਤੇ ਹੀ ਕਰਾ ਦਿੱਤਾ, ਬਹੁਤ ਬਹੁਤ ਬਹੁਤ, ਤੇ ਇੱਕ ਵਾਰ ਤੁਸੀਂ ਮੰਨ ਕੇ ਚਲੋ ਘਰੇ ਦੇਖਣ ਨੂੰ ਸਾਦਰ ਵੀ ਆਹ ਚੀਜ਼ ਬਣਾਉਣੀ ਆ, ਤਾਂ ਤੁਹਾਨੂੰ ਮੈਂ ਕਹਿੰਦਾ ਅਸੀਂ ਹੁਣ ਕੱਲ ਹਰਿਆਣੇ ਜਾ ਕੇ ਆਏ, ਉਹਨਾਂ ਨੇ ਬੰਦਿਆਂ ਨੇ ਸਾਨੂੰ ਇੰਸਟਾਗ੍ਰਾਮ ਤੋਂ ਫੋਨ ਲਾਇਆ ਵੀ ਨੰਬਰ ਲੈ ਕੇ, ਤੇ ਉਹਨਾਂ ਦੇ ਕੰਮ ਪੁਰਾਣਾ ਨਵੇਂ 'ਚ ਕਰਨਾ ਕਨਵਰਟ, ਉਹ ਬੰਦੇ 35-40 ਲੱਖ ਦੇ ਨੂੰ ਤਿਆਰ ਆਂਗੂ, ਹਾਲਾਂਕਿ ਉਹਨਾਂ ਦੇ ਪੈਸਾ ਇੰਨਾ ਲੱਗਦਾ ਨਹੀਂ, ਕੰਮ ਕਰਾਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਲਾ ਕੇ ਜ਼ਰੂਰ ਯਾਦ ਕਰਿਓ, ਕਈ ਵਾਰੀ ਸਾਡੇ ਕੋਲੇ ਤੁਹਾਡੇ ਹੱਥ ਤੇ ਤੋਹਫਾ ਹੀ ਹੁੰਦਾ, ਸਹੀ ਗੱਲ, ਹਾਂ ਵੀ ਇਹ ਬਾਈ ਹੁਣ 1 ਕਰੋੜ ਲਾਉਣ ਲੱਗੇ ਸੀ, ਹੁਣ 35-40 ਲੱਖ ਨਾਲ ਸਰ ਗਿਆ, ਸਰ ਗਿਆ, ਹਾਂ ਤੇ 40-45 ਲੱਖ ਦੇ ਬਚ ਗਿਆ, ਬਚ ਗਿਆ ਉਹ ਇਹਨਾਂ ਦਾ ਹੀ ਆ, ਹਾਂ ਸਹੀ ਆ, ਕਿਸੇ ਦਾ ਪੈਸਾ ਮਣੀ ਵਾਧੂ ਨਹੀਂ, ਸਾਰੇ ਕਦੇ ਕੰਮ ਆਉਣ ਵਾਲੀ ਚੀਜ਼ ਆ, ਤੇ ਤਾਂ ਕਹਿੰਦੇ ਪੈਸਾ ਹਿਸਾਬ ਨਾਲ ਵਰਤੋ, ਠੇਕੇਦਾਰ ਆ ਕੇ ਢਵਾ ਕੇ ਪਰੇ ਜਾਂਦੇ ਆ, ਨਵੇਂ ਘਰ ਨੂੰ ਟਾਈਮ ਵੀ ਲੱਗਦਾ ਤੇ ਪੁਰਾਣੇ ਦੇ ਜ਼ਿਆਦਾ ਵੀ ਉੱਡ ਜਾਂਦੇ, ਇੱਕ ਵਾਰੀ ਜ਼ਰੂਰ ਫੋਨ ਲੈ, ਜ਼ਰੂਰ ਫੋਨ ਲੈ, ਸੋ ਦੱਬ ਕੇ ਮਿੱਤਰੋ ਵੀਡੀਓ ਨੂੰ ਸ਼ੇਅਰ ਕਰੋ, ਸ਼ੇਅਰ ਕਰਨ ਵਾਲੀ ਵੀਡੀਓ ਆ, ਦੱਬ ਕੇ ਸ਼ੇਅਰ ਕਰੋ, ਤੇ ਆਹ ਚੀਜ਼ ਜਿਹੜੀ ਆਹ ਚੀਜ਼ ਬਣਾਈਏ ਨਾਲ ਫੋਟੋ ਜਿਹੜੇ ਕਰਾਈਏ, ਹਾਂ ਇਹਦੀ ਫੋਟੋ ਬਣਾ ਦਾਂਗੇ, ਇਹ ਸਿਰਾ ਗੱਲਬਾਤ ਹੈ, ਤੇ ਮੈਂ ਕਹਿੰਦਾ ਯਾਰ ਮਹੀਨੇ ਕੁ ਨੂੰ ਹੋਊਗੀ ਤਿਆਰ ਜਮਾ, ਇਹ ਬਾ ਮਹੀਨੇ ਦੇ ਅੰਦਰ ਤੁਹਾਨੂੰ ਟਾਈਲਾਂ ਆ ਗਈਆਂ ਤੇ ਪੀਓ ਤੇ ਲੱਗੀ ਹੋਈ, ਠੀਕ ਮਹੀਨੇ ਕੁ ਨੂੰ ਫੋਲੋ ਕੋਠੀ ਤਿਆਰ ਹੋ ਜੂਗੀ, ਉਹਦੀ ਵੀਡੀਓ ਆਪਾਂ ਪਾਵਾਂਗੇ, ਸੋ ਦੱਬ ਕੇ ਸ਼ੇਅਰ ਕਰ ਦਿਓ, ਪਹਿਲਾਂ ਵੀਡੀਓ ਸਾਰੀਆਂ ਜਿਹੜੀਆਂ ਆਪਣੀਆਂ 2-3 ਕੋਠੀਆਂ ਉਹਨਾਂ ਦੀ ਵੀਡੀਓ ਤੁਹਾਨੂੰ ਨਾਲ ਦੇਵਾਂਗੇ, ਉਹ ਐਡ ਕਰ ਦਿਓ ਜੀ, ਸ਼ੇਅਰ ਕਰ ਦਿਓ ਦੱਬ ਕੇ, ਸੋ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਜੀ ਆਇਆਂ ਦਾ।